ਨਿਰੰਕਾਰ ਚਾਰ ਤਰ੍ਹਾਂ ਨਾਲ ਦਾਤਾਂ ਦਿੰਦਾ ਹੈ। ਪਹਿਲੀ ਤਰ੍ਹਾਂ ਦੀ ਜਿਹੜੀ ਗੱਲ ਹੈ ਉਹ ਦਿੰਦਾ ਕਰਮਾਂ ਕਰਕੇ। ਤੁਸੀਂ ਕਦੀ ਨੋਟ ਕਰੋ, ਜੋ ਸਾਡੇ ਕਰਮਾਂ 'ਚ ਨਾ ਉਹ ਆਟੋਮੈਟਿਕਲੀ ਸਮੇਂ ਅਨੁਸਾਰ ਮਿਲਦਾ ਜਾ ਰਿਹਾ ਹੈ। ਇੱਕ ਕਰਮਾਂ ਕਰਕੇ ਸਾਨੂੰ ਦਾਤ ਮਿਲਦੀ, ਜੋ ਕਰਮਾਂ 'ਚ ਲਿਖਿਆ ਰੂਟੀਨ 'ਚ ਮਿਲ ਗਿਆ, ਕਰਮਾਂ 'ਚ ਲਿਖਿਆ ਫਲਾਣਾ ਮਕਾਨ ਰੂਟੀਨ 'ਚ ਬਣੀ, ਸਮਾਂ ਬਣਿਆ, ਵਿਧ ਬਣਿਆ, ਮਿਲ ਗਿਆ। ਇੱਕ ਕਰਮਾਂ ਅਨੁਸਾਰ ਦਾਤ ਸਾਨੂੰ ਨਿਰੰਕਾਰ ਵੱਲੋਂ ਮਿਲਦੀ, ਇੱਕ ਮਿਲਦੀ ਜੇ ਕਰਮਾਂ ਕਰਕੇ, ਇੱਕ ਦਾਤ ਮਿਲ ਜਾਏਗੀ ਜੇ ਨਿਰੰਕਾਰ ਵੱਲੋਂ ਅਰਦਾਸ ਕਰਕੇ। ਕਰਮਾਂ 'ਚ ਨਹੀਂ ਲਿਖੀ ਪਰ ਅਰਦਾਸ ਕੀਤੀ, ਜੋਦੜੀ ਕੀਤੀ ਅਤੇ ਸਤਿਗੁਰੂ ਨੂੰ ਝੋਲੀ ਭਰਨੀ ਪਈ। ਹੁਣ ਇਹਦੇ ਬਾਰੇ ਵੀ ਤੁਹਾਨੂੰ ਕਿੰਨੇ ਇਤਿਹਾਸ ਪਤਾ ਹੀ ਨਹੀਂ। ਇਸ ਢੰਗ ਨਾਲ ਵੀ ਉਹ ਦਿੰਦਾ ਅਰਦਾਸ ਕਰਕੇ। ਮਾਤਾ ਸੁਲੱਖਣੀ ਗਈ ਲੈਣ ਪੁੱਤਰ, ਸਤਿਗੁਰੂ ਕਹਿੰਦੇ ਤੇਰੇ ਕਰਮਾਂ 'ਚ ਲਿਖਿਆ ਹੀ ਨਹੀਂ। ਹੁਣ ਇੱਥੇ ਦੂਜਾ ਢੰਗ ਆ ਗਿਆ, ਅਰਦਾਸ ਕਰਕੇ ਆਖੋ ਸਤਨਾਮ। ਆ ਦੂਜਾ ਢੰਗ ਹੈ ਦਾਤ ਦੇਣ ਦਾ ਵਾਹਿਗੁਰੂ ਗੁਰੂ ਸਾਹਿਬ ਵੱਲੋਂ, ਅਰਦਾਸ ਕਰਕੇ। ਭਾਈ ਆਦਮ ਤੇਰੇ ਕਰਮਾਂ ਵਿੱਚ, ਦੂਜਾ ਢੰਗ ਹੈ ਮਾਤਾ ਸੁਲੱਖਣੀ ਤੇਰੇ ਕਰਮਾਂ 'ਚ ਨਹੀਂ ਲਿਖਿਆ ਪਰ ਅਰਦਾਸ ਕਰਕੇ ਜੋਦੜੀ ਕਰਕੇ ਮਿਲ ਗਿਆ। ਅਤੇ ਤੀਸਰਾ ਗੁਰੂ ਦਿੰਦਾ ਜੇ ਗੁਰੂ ਪਿਆਰਿਓ ਆਪਣੀ ਮੌਜ ਵਿੱਚ ਆ ਕੇ ਨਦਰ ਕਰਕੇ ਆਖੋ ਸਤਨਾਮ। ਮਾਤਾ ਸੁਲੱਖਣੀ ਨੂੰ ਗੁਰੂ ਛੇਵੇਂ ਪਾਤਸ਼ਾਹ ਸੁਣਿਆ ਨਹੀਂ ਭੇਜਿਆ, ਸਿੱਖ ਨੇ ਪ੍ਰੇਰਣਾ ਦਿੱਤੀ ਕਰ ਅਰਦਾਸ, ਕਰ ਜੋਦੜੀ, ਕਹਿ ਕਲਮ ਤੇਰੇ ਹੱਥ। ਲੇਕਿਨ ਭਾਈ ਆਦਮ ਨੂੰ ਸਤਿਗੁਰੂ ਨੇ ਆਪ ਸੁਨੇਹਾ ਭੇਜਿਆ, ਮੰਗ ਕੀ ਮੰਗਦਾ ਨਦਰ ਕਰਕੇ। ਤੀਜਾ ਟਨ ਹੋਰ ਵੀ ਕਈ ਸਿੱਖਾਂ ਦਾ ਧਿਆਨ ਤੁਸੀਂ ਸੁਣਦੇ ਹੋ, ਗੁਰੂ ਕਈ ਵਾਰੀ ਕਹਿੰਦਾ ਤੇਰੇ 'ਤੇ ਖੁਸ਼ ਹਾਂ, ਮੰਗ ਕੀ ਮੰਗਣਾ। ਇਹ ਤੀਜਾ ਢੰਗ ਹੈ, ਗੁਰੂ ਨਦਰ ਕਰਕੇ ਦਿੰਦਾ ਜਾਂ ਪ੍ਰਸਾਨਾ ਦੇਵੇ। ਇੰਨੀ ਕੁ ਸੇਵਾ ਹੋ ਗਈ, ਇੰਨੀ ਕੁ ਸੇਵਾ ਹੋ ਗਈ ਕਿ ਹੁਣ ਗੁਰੂ ਪੁੱਛਦਾ ਮੰਗ ਕੀ ਮੰਗਣਾ। ਤਿੰਨ ਹੋ ਗਏ, ਇੱਕ ਦਿੰਦਾ ਕਰਮਾਂ ਕਰਕੇ, ਇੱਕ ਅਰਦਾਸ ਕਰਕੇ, ਅਤੇ ਤੀਜਾ ਦਿੰਦਾ ਨਦਰ ਕਰਕੇ। ਅਤੇ ਇੱਕ ਚੌਥਾ ਢੰਗ ਜੇ ਨਿਰੰਕਾਰ ਦੇ ਦੇਣ ਦਾ, ਹੱਥ 'ਚ ਆਉਂ ਦਾਤ ਫੜ ਕੇ ਬੈਠਾ ਹੁੰਦਾ, ਮੇਰਾ ਭਗਤ ਫੁਰਨਾ ਬਣਾਵੇ ਅਤੇ ਮੈਂ ਇਹਦੀ ਝੋਲੀ ਭਰਾਂ, ਗੱਜ ਕੇ ਆਖੋ ਸਤਨਾਮ। ਇਹ ਚਾਰ ਢੰਗਾਂ ਨਾਲ ਦਾਤਾਂ ਦਿੰਦਾ ਵਾਹਿਗੁਰੂ।